हाँ जी, सत श्रीकाल जी सारे ने। वधिया फार्म यूट्यूब चैनल पर तुहाडा स्वागत है जी। किसान वीर, अज दे जिहड़ी आपां वीडियो बना रहे हैं, शहर अजनाला, तहसील भी अजनाला ते जिला अमृतसर, अज दी वीडियो दे तुहानूं मैं दो गब्बर ने वैड़ा तुहानूं दिखाउणियां, जिहड़ियां कोई चार साढ़े चार महीनों के करीब गब्बर ने, ते दो तुहानूं बिल्कुल ताज़ियां सूईयां गावां तुहानूं दिखावांगे। ते आओ वीर नाल गल्लबात करदे हां। बगीचा सिंह कोल अज आपां पहुंचे हां। तो वीडियो में शुरू करने से पहले जिहड़े वीर ने चैनल में सबसक्राइब नहीं किया हले तक, चैनल में सबसक्राइब जरूर कर देन, तो वीडियो में लाइक तो शेयर जरूर कर देन। जिहड़े हिसाब नाल कई वीर की डिमांड होंदी आ, कई लगता कि इहो जिहा पशु आपां नूं शेयर करना चाहिए वा, तो शेयर जरूर कर दिओ। तो आ हुण गलबात करते हैं, पुछते हैं वीर तो इन्हां बारे सारी डिटेल। हाँ जी वीर जी, सत श्रीकाल जी। होर सुनाओ, की हाल चाल जी? ठीक ठाक सब। करता फिर काम शुरू? फिर हाँ जी, हाँ जी वीर जी, कीता काम शुरू फिर। ठीक है, ते नाम दस दे करी अपना। नाम वीर जी मेरा बगीचा सिंह। हाँ जी, ते शहर अपना इनाला। ठीक है, जिला अपना अमृतसर। ठीक है, फोन नंबर बोल दो जी। फोन नंबर 7841424427 वीर जी। ठीक है, ते आ वीर जी शुरुआत करदे सब तो पहले नंबर ते, जिहड़ी थण जिहड़ा बड़ा लाजवाब इहदे लगा दोस्तो, इहो जिहा थण जिहड़ा आपां नूं गावां दे विच घट बहुत घट देखण नूं मिलदा, मिल्क वेन भी आपां देख सकदे सोहणी है। हाँ जी वीर जी, किन्ना सुबह सोई है जी? वीर जी दूसरा सुबह सोई है। दूसरा सुबह है। हाँ जी, ते किन्ना चिर हो गया सुई नूं? वीर जी अज इहनूं सुई नूं पंजवां दिन जी। पंजवां दिन। बच्चा की आ गया मगर? मगर वीर जी बच्ची है जी। आवे ठीक है, बच्ची आ देख सकदे, बच्ची नाड़ो, बच्ची दा जिहड़ा नाल गिल्ला ही आ नाड़ो, बच्ची भी जिहड़ी सोहणी है, आ देख सकदे नाड़ो इक वारी फिर तों गिल्ला ही नाड़ो। ਤੇ ਕਿੰਨਾ ਕੁ ਵੀਰ ਜੀ ਦੁੱਧ ਕਹਿ ਲਈਏ, ਪੋਲਾ ਕਹਿ ਲਈਏ ਤਿਆਰ ਜੇ ਦੇ ਕੋਲ? ਵੀਰ ਜੀ ਇਸ ਟਾਈਮ ਪੂਰਾ 14 ਲੀਟਰ ਤਿਆਰ ਹੈ ਥੱਲੇ। ਕਿੰਨਾ ਕੁ ਦੇ? 5 ਦਿਨ ਦੇ ਸੂਈ ਥੱਲੇ। ਅੱਛਾ, ਕਿੰਨਾ ਕੁ ਚਵਾਉਗੀ ਦੁੱਧ ਤੇ? ਵੀਰ ਜੀ ਨੋਰਮਲ 16 17 17 ਲੀਟਰ ਰਮਾਨ ਨਾਲ ਚਵਾ ਦੂਗੀ। 17 18 ਲੀਟਰ 17 18 ਲੀਟਰ ਜਿਹੜਾ ਚਵਾ ਦੋਗੇ? ਹਾਂਜੀ ਵੀਰ ਜੀ, ਆਰਾਮ ਨਾਲ ਚਵਾ। ਤੇ ਕੀ ਮੁੱਲ ਕਰਨਾ ਫਿਰ ਇਹਦਾ? ਵੀਰ ਜੀ ਇਹਦਾ ਮੁੱਲ ਜਾਇਜ਼ ਹੀ ਜੇ। ਕਿੰਨਾ ਕੁ? ਵੇਖੀ ਹੁਣ ਮਾਰਕੀਟ ਹਿਸਾਬ ਦੇ ਨਾਲ ਥੋੜੀ ਡਾਊਨ ਚੱਲਣ ਦੀ ਹੈ। ਹਾਂਜੀ ਹਾਂਜੀ, ਤੇ ਵੀਰ ਜੀ 43000 ਦੇ ਮੁੱਲ ਇਹਦਾ। 43000 ਮੰਨਤਾ ਨਾ ਹੋਊਗਾ? ਹਾਂਜੀ ਵੀਰ ਜੀ, 43000 ਚ ਮੰਨਤਾ ਕਰਦਾ। ਠੀਕ ਹੈ, ਤੇ ਥਣ ਥੁਣ ਓਕੇ ਸਾਰੇ? ਹਾਂ ਵੀਰ ਜੀ, ਪੂਰੀ ਗਾਰੰਟੀ ਆਪੇ ਜੀ। ਠੰਡੀ ਸੀਲ ਹੈ ਬਿਲਕੁਲ? ਠੰਡੀ ਸੀਲ ਹੈ ਜੀ, ਜਿੱਦਾਂ ਮਰਜ਼ੀ ਉਹ ਜਾਂ ਲਾਵੇ। ਠੀਕ ਹੈ ਜੀ, ਹਾਂ ਦੇਖ ਸਕਦੇ ਜੀ, ਵਿਛਿਆ ਵਾ ਨੰਬਰ ਉੱਪਰ ਹੈ ਬਿਲਕੁਲ। ਠੀਕ ਹੈ ਵੀਰ ਜੀ, ਤੋਰ ਦਿਓ ਜੀ, ਹਾਂ ਦੇਖ ਸਕਦੇ ਜੀ, ਕਰੀ ਤੋਰ ਕੇ ਤੁਹਾਨੂੰ ਦਿਖਾ ਦਈਏ। ਹਾਂ ਦੋਸਤੋ ਦੇਖ ਸਕਦੇ ਜੀ, ਸੋਹਣੀ ਵੈੜ ਆ, ਸਰੀਰ ਤੋਂ ਪੂਰੀ ਸਾਫ਼ ਹੈ, ਅਤੇ ਹਵਾਨਾ ਵੀ ਇਹਦਾ ਆਪਾਂ ਦੇਖ ਸਕਦੇ ਹਾਂ। 43000 ਚ ਮਾਨਤਨ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹਦੇ ਇਹਦਾ ਆਪਾਂ ਕਰਾਂਗੇ। ਬੋਡੀ ਵੇਟ ਵੀ ਜਿਹੜਾ ਸੋਹਣਾ ਹੈ, ਅਤੇ ਬੈਣੀ ਵਾਲੇ ਪਾਸੇ ਤੋਂ ਵੀ ਇੱਕ ਵਾਰੀ ਤੁਹਾਨੂੰ ਥਣ ਦਿਖਾ ਦਈਏ ਜਿੱਦਾਂ ਵੀਰ ਜੀ, ਮਤਲਬ ਪੂਰੀ ਠੰਡੀ ਸੀ ਜਿੱਦਾਂ ਮਰਜ਼ੀ। ਠੀਕ ਹੈ ਜੀ, ਆਹ ਦੇਖ ਸਕਦੇ ਜੀ ਪੂਰੀ ਇੱਕ ਵਾਰੀ ਫੇਸ ਕੁਆਲਿਟੀ ਵੀਰ ਜੀ ਇਹਦਾ ਮੂੰਹ ਘੁਮਾਇਓ ਇੱਧਰ ਨੂੰ। ਠੀਕ ਹੈ ਜੀ, ਬਾਕੀ ਆਪਾਂ ਸਰੀਰ ਦੇਖ ਸਕਦੇ ਹਾਂ ਪੂਰਾ ਸਾਫ਼ ਹੈ। ਆਹ ਹੁਣ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਬਹੁਤ ਸੋਹਣੀ ਇੱਕ ਜਰਸੀ, ਕਾਲੀ ਜਰਸੀ ਤੁਹਾਨੂੰ ਦਿਖਾਉਂਦੇ ਹਾਂ। ਬੱਚਾ ਕੀ ਆ ਗਿਆ ਜੀ ਇਹਦੇ ਮਗਰ? ਇਹਦੇ ਮਗਰ ਵੀਰ ਜੀ ਬੱਚੀ ਜੋ। ਇਹਦੇ ਮਗਰ ਵੀ ਬੱਚੀ, ਇਹ ਤਾਂ ਬਿਲਕੁਲ ਤਾਜ਼ੀ ਸੂਈ ਲੱਗਦੀ ਹੈ। ਹਾਂਜੀ ਵੀਰ ਜੀ, ਕੱਲ੍ਹ ਸੂਈ ਆ 4 ਵਜੇ ਨਾਲ 3-4। ਅੱਛਾ, ਕੱਲ੍ਹ ਦੀ ਸੂਈ ਆ? ਹਾਂਜੀ। ਠੀਕ ਹੈ, ਅਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਵੀਰ ਜੀ ਕੱਲ੍ਹ ਸੂਈ ਆ ਜੇ 2 ਚਵਾਈਆਂ ਹੋਈਆਂ। ਹਾਂਜੀ, ਅਤੇ 12 ਲੀਟਰ ਬੋਲਾ ਜਾਗਾ ਜੀ। ਅੱਛਾ, 12 ਲੀਟਰ ਦੁੱਧ, 2 ਚਵਾਈਆਂ ਦਾ ਜਿਹੜਾ ਚੋਇਆ, ਜੇ ਖਾਲੀ ਤਾਂ ਕੀਤੀ ਨਹੀਂ ਹੈ ਨਾ? ਅਤੇ ਕਿੰਨਾ ਕੁ ਦੁੱਧ ਚਵਾਊਗੀ ਇਹ? ਵੀਰ ਜੀ ਆਰਾਮ ਨਾਲ ਨਾ ਵੀ, ਮਤਲਬ ਵੀ 18 ਲੀਟਰ ਆਰਾਮ ਨਾਲ ਚਵਾ ਦੂਗੀ। 18 ਲੀਟਰ ਬੜੇ ਰਮਾਨ ਨਾਲ ਜਿਹੜਾ ਚਵਾਊਗੀ। ਸੇਵਾ ਕਰੂਗਾ ਵੀਰ, ਭਾਵੇਂ ਵੱਧ ਵੀ ਚੋ ਸਕਦਾ ਇਹਦਾ। ਠੀਕ ਹੈ, ਅਤੇ ਇਹਦਾ ਕੀ ਮੁੱਲ ਕਰਨਾ ਫਿਰ? ਇਹਦਾ ਵੀਰ ਜੀ ਮੁੱਲ 45000 ਰੁਪਈਆ। 45000 ਮਾਨਤਾ ਨੂੰ ਮੌਕੇ 'ਤੇ? ਹਾਂਜੀ ਵੀਰ ਜੀ, ਕਰ ਦਾਂਗੇ ਮਾਨਤਾ। ਠੀਕ ਹੈ ਜੀ, ਅਤੇ ਇਹ ਵੀ ਠੰਡੀ ਸੀਲ ਹੈ ਜੀ? ਹਾਂਜੀ ਵੀਰ ਜੀ, ਜਿੱਦਾਂ ਮਰਜ਼ੀ ਕੋਈ ਚੋਣੇ। ਬਹਿ ਬੂ ਕੇ ਵਿਖਾ ਦਿਓ ਦੋਸਤੋ, ਕੱਦ ਜਿਹੜਾ ਇਹਦਾ ਸੋਹਣਾ ਹੈ, ਕੱਦ ਕਾਫੀ ਚੰਗਾ ਹੈ। ਠੀਕ ਹੈ ਵੀਰ ਜੀ, ਅਤੇ ਸੂਆ ਕਿੰਨਵਾ ਸੋਈ ਵੀਰ ਜੀ? ਵੀਰ ਜੀ ਇਹ ਦੂਸਰਾ ਸੂਆ ਜੀ। ਦੂਸਰਾ ਸੂਆ ਹੈ, ਠੀਕ ਹੈ, ਲਿਆ ਖੋਲੋ ਫਿਰ ਤੋਰੀਏ ਇਹਨਾਂ ਨੂੰ। ਬਾਕੀ ਦੋਸਤੋ ਜਿਹੜਾ ਵੈੜ ਦਾ ਕੱਦ ਹੈ ਜਿਹੜਾ ਸੋਹਣਾ, ਨੋਰਮਲ ਗਾਵਾਂ ਨਾਲੋਂ ਕਾਫੀ ਕੱਦ ਉੱਚਾ, ਅਤੇ ਥਣ ਵੀ ਚੰਗਾ ਸੋਹਣਾ ਲੱਗਾ। ਬਾਕੀ ਆਪਾਂ ਫੇਸ ਕੁਆਲਿਟੀ ਦੇਖ ਸਕਦੇ ਹਾਂ, ਸੋਹਣਾ ਫੇਸ ਆ, ਅਤੇ ਸੋਹਣੀ ਫੱਬਦੀ ਆਪਣੇ ਰੰਗ ਰੂਪ 'ਚ ਵੈੜ, ਸਰੀਰ ਪੂਰਾ ਸਾਫ਼ ਹੈ ਜਿਹੜਾ ਇਹਦਾ ਵੀ। ਦੁੱਧ 18-19 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਦੁੱਧ ਚਵਾਊਗੀ, ਅਤੇ ਮੁੱਲ ਜਿਹੜਾ ਇਹਦਾ ਵਾ 45000 ਹੈ ਮੌਕੇ 'ਤੇ, ਮਾਨਤਾ ਹੋ ਜਾਊਗਾ। ਇੱਕ ਵਾਰੀ ਥਣ ਤੁਹਾਨੂੰ ਲਾਗੇ ਤੋਂ ਦਿਖਾ ਦਈਏ, ਆਹ ਦੇਖ ਸਕਦੇ ਸੋਹਣਾ ਥਣ ਲੱਗਾ ਇਹਦੇ ਵੀ। ਤਾਂ ਹੁਣ ਤੁਹਾਨੂੰ ਗੱਭਣ ਵੈੜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਹਾਂਜੀ ਵੀਰ ਜੀ, ਇਹਨਾਂ ਬਾਰੇ ਵੀ ਦੱਸ ਦਿਓ ਜੀ, ਆਹ ਦੋ ਗੱਭਣ ਵੈੜਾਂ ਤੁਹਾਨੂੰ ਦਿਖਾਵਾਂਗੇ, ਇੱਕ ਜਰਸੀ
ਤੇ ਇਹ ਵੀਰ ਜੀ ਜੋੜਾ ਹੀ ਦੇਣਾ ਫਿਰ ਇਕੱਠਾ ਹੀ ਹਾਂਜੀ ਵੀਰ ਜੀ ਜੋੜਾ ਹੀ ਦੇ ਦੇਣਾ ਇਕੱਠਾ ਹੀ ਠੀਕ ਹੈ ਤੇ ਜਿਹੜੇ ਕਿੰਨਾ ਕਿੰਨੇ ਚਿਰ ਦੀਆਂ ਗੱਬਣਾ ਜੀ ਇਹ ਵੀਰ ਜੀ ਦੋਵੇਂ 4 ਮਹੀਨੇ ਦੇ ਗੱਬਣਾ ਅੱਛਾ 4.5 ਮਹੀਨੇ ਦੇ ਦੋਵੇਂ ਗੱਬਣਾ ਹਾਂਜੀ ਦੋਵੇਂ 4.5 ਤੇ ਕਰਦੀਆਂ ਹੀ ਹੈ ਕਿ ਲਈਆਂ ਹਾਂ ਨਹੀਂ ਵੀਰ ਜੀ ਇਹ ਕਰਦੀਆਂ ਜੀ ਇਹ ਕਰਦੀਆਂ ਹਾਂਜੀ ਕਰਦੀਆਂ ਠੀਕ ਕਿੰਨਾ ਕ ਦੁੱਧ ਕਰੂਗੀਆਂ ਪਹਿਲੇ ਪਹਿਲੇ ਵੀਰ ਜੀ ਆਹ ਵਾਲੀ ਜਿਹੜੀ ਬੈੜ ਹੈ ਨਾ ਇਹ ਤੇ ਵੀ ਪਹਿਲੇ ਸੁਬੇ ਹੀ ਰਾਣਾ ਜੇ ਕੋਈ ਵੀਰ ਸੇਵਾ ਵਾਲਾ ਲੈ ਗਿਆ ਹਾਂਜੀ ਇਹਦੇ ਕੋ 22-23 ਲੀਟਰ ਚਵਾਊਗਾ ਅੱਛਾ 22-23 ਲੀਟਰ ਪਹਿਲੇ ਸੁਬੇ ਕਰੂਗੀ ਹਾਂਜੀ ਰਾਣਾ ਦੇ ਮਤਲਬ ਵੀ ਚਵਾਊਗੀ ਚੰਗੀ ਬੈੜ ਹੈ ਮਤਲਬ ਠੀਕ ਹੈ ਜੀ ਹੁੰਦੀ ਹੈ ਜੀ ਲਿਆ ਖੋਲ ਦੋ ਇਹਨੂੰ ਤੋਰਦੀ ਹੈ ਇੱਕ ਵਾਰੀ ਆ ਦੇਖ ਸਕਦੇ ਕੱਦ ਵਜਨ ਦੀਆਂ ਦੋਵੇਂ ਚੰਗੀਆਂ ਹਾਂਜੀ ਠੀਕ ਹੈ ਵੀਰ ਜੀ ਲੈ ਆਓ ਜੀ ਬਾਕੀ ਡਰਦੀ ਹੈ ਥੋੜ੍ਹਾ ਜਿਹਾ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਇਹਦੀ ਦਿਖਾਵਾਂਗੇ ਫੇਸ ਜਿਹੜਾ ਕਾਫੀ ਸੋਹਣਾ ਅਤੇ ਪ੍ਰਿੰਟ ਵੀ ਕਾਫੀ ਸੋਹਣਾ ਬਾਕੀ ਜੇ ਨਵਾਈਆਂ ਧਵਾਈਆਂ ਨਹੀਂ ਆਏ ਆ ਦੇਖ ਸਕਦੇ ਫੇਸ ਕਾਫੀ ਜਿਹੜਾ ਪਿਆਰਾ ਜਿਹਾ ਫੇਸ ਆ ਛੋਟਾ ਜਿਹਾ ਆ ਦੇਖ ਸਕਦੇ ਜਿਹੜਾ ਹਵਾਨਾ ਬਣਾਉਣਾ ਸ਼ੁਰੂ ਕਰਤਾ ਹੁਣ ਤੁਹਾਨੂੰ ਆਹ ਜਰਸੀ ਵੀਰ ਜੀ ਖੋਲ ਦਿਓ ਜੀ ਜਰਸੀ ਨੇ ਵੀ ਜਿਹੜੇ ਥਣ ਪੁੱਟਣੇ ਸ਼ੁਰੂ ਕਰਤੇ ਆ 4.5 ਮਹੀਨੇ ਦੇ ਜਿਹੜੀਆਂ ਗੱਬਣਾ ਆ ਫੇਸ ਆਪਾਂ ਜਰਸੀ ਦਾ ਜਿਹੜਾ ਦੇਖ ਸਕਦੇ ਹਾਂ ਇਹ ਥੋੜ੍ਹੀ ਜਿਹੀ ਸ਼ੈਤਾਨ ਆ ਹਾਂਜੀ ਵੀਰ ਜੀ ਘੁਮਾ ਦਿਓ ਉੱਥੋਂ ਘੁਮਾ ਲਿਆਓ ਜੀ ਇਹ ਵੀਰ ਜੀ ਹੁਣੇ ਕਹਿੰਦੇ ਕਿੰਨੇ ਭੱਜ ਜਾਣਾ ਇੰਨਾ ਕਿ ਤੁਹਾਨੂੰ ਵਿਖਾ ਦਿੰਦੇ ਮੁੱਲ ਜਿਹੜਾ ਇੰਨਾ ਤਾਂ ਆਪਾਂ ਵੀਰ ਜੀ ਉਹਨਾਂ ਦਾ ਜੋੜੇ ਦਾ ਪੁੱਛਦੇ ਹਾਂ ਸਰੀਰ ਜਿਹੜੇ ਦੋਵਾਂ ਦੇ ਹੀ ਸਾਫ਼ ਆ ਹਾਂਜੀ ਵੀਰ ਜੀ ਫਿਰ ਮੁੱਲ ਦੱਸ ਦਈਏ ਜੋੜੇ ਦਾ ਮੁੱਲ ਕਰਨਾ ਫਿਰ ਕੀ ਮੁੱਲ ਕਰਨਾ ਜੀ ਜੋੜੇ ਦਾ ਅੱਛਾ 60,000 ਦਾ ਜੋੜਾ ਦੇ ਦੇਣਾ ਮਾਨਦਾਨ ਕਰ ਦੋਗੇ ਖੁੱਲਾ ਕਰ ਦੋਗੇ ਮਾਨਦਾਨ ਠੀਕ ਹੈ ਹਾਂਜੀ ਵੀਰ ਜੀ ਹੋਰ ਕੁਛ ਕਹਿਣਾ ਜੀ ਫਿਰ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਆਪਾਂ ਦੇਖ ਸਕਦੇ ਜਿਹੜੇ 4 ਵੀਰ ਜੀ ਉਹਨਾਂ ਨੇ ਮਕਾਊ ਕੀਤੇ ਆ ਬਾਕੀ ਕੋਈ ਵੀਰ ਇੱਥੇ ਆਵੇ ਆਪਣਾ ਤਸੱਲੀ ਕਰੇ ਚੱਕ ਪਾਸ ਕਰੇ ਫਿਰ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।